ਹਾ ਜੀ ਸਸਗਰ ਮੁੰਡਾ ਹੋਰ ਕੀ ਹਾਲ ਚਾਲ ਆ ਹੋਪਫੁਲੀ ਬਾਈ ਸਾਰੇ ਕੈਹਟ ਹੀ ਹੋਵਗੇ ਤੇ ਸਵਾਗਤ ਕਰਦਾ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸੋ ਜਾਂਦੇ ਜਾਂਦੇ ਗੱਲਾਂ ਕਰਦੇ ਕਿਉਂਕਿ ਬਾਈ ਆਪਾਂ ਇੱਕ ਲੰਬੀ ਬਾੜ ਤੇ ਜਾਣਾ ਵਾ ਸੋ ਲੰਬੀ ਬਾੜ ਤੇ ਐ ਕਿ ਬਾਈ ਆਪਣੇ ਤੁਹਾਨੂੰ ਪਤਾ ਇੱਕ ਮੋਡੀਫਾਈਡ ਬਲੇਰੋ ਗੱਡੀ ਹੈਗੀ ਜਿਹਦੇ ਬਾਈ ਆਪਾਂ ਲੋਏ ਲੋਏ ਕੈਂਟ ਪੋਏ ਹੋਏ ਆ ਤੇ ਉਹ ਫਸ ਗਈ ਬਾਈ ਆਪਣੀ ਨਹਿਰ ਚ ਆਫ ਰੋਡ ਕਰਦੇ ਫਸ ਗਈ ਉਹ ਨਹੀਂ ਉਹ ਥੋੜੀ ਨੂੰ ਓਏ ਓਏ ਆਉਂਦੇ ਆ ਬਾਈ ਟਰੈਕਟਰ ਵੱਜਾ ਆਪਣਾ ਪੇੜ ਚ ਓਏ ਹੋਏ ਕਿ ਤਾਂ ਕਮਝਾਣੀ ਉਦ ਹੋ ਗਿਆ ਬਾਬਿਓ ਗੱਡੀਆਂ ਦਾ ਟੱਕਰਾ ਹੁੰਦਾ ਹੋਇਆ ਸੋ ਆਪਾਂ ਬਈ ਉੱਥੇ ਜਾਣਾ ਆਪਣੀ ਬਲੈਰੋ ਕੱਢਣ ਸੋ ਆਪਾਂ ਟਰੈਕਟਰ ਚੂਜ਼ ਕੀਤਾ ਯਾਰ 855 855 ਦੇ ਨਾਲ ਕੱਢਾਂਗੇ ਆਪਣਾ ਬਲੈਰੋ ਕੱਢ ਕੇ ਲੈ ਕੇ ਆਣੀ ਹੈ ਸੋ ਆਪਣੇ ਟਰੈਕਟਰ ਦਾ ਮੂਹ ਹੋ ਚੁੱਕਾ ਬਾਈ ਡੈਡਾ ਇਹ ਬਾਈ ਮੇਰੇ ਸਾਹਮਣੇ ਗੱਡੀ ਨਾ ਹੋਇਆ ਜਾਂ ਫਿਰ ਬਾਈ ਜਿਹੜੀ ਪਿੱਛੇ ਪੇੜ ਨਾਲ ਟੱਕਰ ਹੋਈ ਉਹਨਾਂ ਨਾਲ ਹੋਇਆ ਪਤਾ ਨਹੀਂ ਕਿਆ ਹੋਇਆ ਪਰ ਬਾਲਾ ਹੀ ਮਾੜਾ ਹੋਇਆ ਟਰੈਕਟਰ ਦਾ ਬਾਈ ਇਦਾਂ ਜਿੱਦਾਂ ਗੁੱਸੇ ਹੋਇਆ ਲੱਗਦਾ ਸੋ ਇਹਨੂੰ ਬਾਈ ਰਸਤੇ ਜਾਂਦੇ ਜਾਂਦੇ ਸਹੀ ਕਰਾ ਲਾਂਗੇ ਬਾਕੀ ਬਾਈ ਹੁਣ ਜਾਂਦੇ ਪਹਿਲਾਂ ਤਾਂ ਸਰਚ ਕਰਨੀ ਪੈਣੀ ਕਿ ਬਾਈ ਗੱਡੀ ਫਸੀ ਕਿੱਥੇ ਆ ਯਾਰ ਕੁਝ ਨਹੀਂ ਪਤਾ ਮੇਰਾ ਦੋਸਤ ਮੰਗ ਕੇ ਲੈ ਕੇ ਗਿਆ ਸੀ ਸੋ ਉਹਨੇ ਬਾਈ ਗੱਡੀ ਫਸਾਤੀ ਯਾਰ ਆਫ-ਰੋਡ ਕਰਦੇ ਕਰਦੇ ਤੇ ਆਪਣੇ ਕੋ ਬਾਈ ਬੂਸਟ ਵੀ ਹੈਗਾ ਇਦਾਂ ਦੀ ਕੋਈ ਚੱਕਰ ਵਾਲੀ ਗੱਲ ਨਹੀਂ ਸੋ ਸਪੀਡ ਤੁਸੀਂ ਦੇਖ ਲਓ 100 ਦੇ ਉੱਤੇ ਤੇ ਆ ਹਰੀ ਗੱਡੀ ਕਹੀਦੀ ਐ ਚੋ 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 ਓ ਬਾਈ ਬੰਦੇ ਪਿਕਨਿਕ ਤੇ ਆਏ ਮਤਲਬ ਬੰਦੇ ਨਹੀਂ ਜਨਾਨੀਆਂ ਪਿਕਨਿਕ ਤੇ ਆਈਆਂ ਹੋਈਆਂ ਸੋ ਤੁਸੀਂ ਕਰੋ ਬਾਈ ਪਿਕਨਿਕ ਤੇ ਆਪਾਂ ਨੂੰ ਹੈਗਾ ਅੱਜ ਕੰਮ ਬਾਈ ਕਾਲੀ ਜੱਟ ਨੂੰ ਲਾਇਆ ਹੋਇਆ ਕੰਮ ਤੇ ਸ਼ਹਿਰ ਚ ਗੱਡੀਆਂ ਦੇਖੋ ਬਾਬੋ ਕੰਨੀਆਂ ਸੋਹਣੀਆਂ ਸੋਹਣੀਆਂ ਆ ਚੁੱਕੀਆਂ ਨੇ ਸੋ ਜਿਹੜੇ ਨਵੇਂ ਬਾਈ ਚੈਨਲ ਤੇ ਚੈਨਲ ਕਰੋ ਸਬਸਕ੍ਰਾਈਬ ਤੇ ਬੈਲ ਵਾਲਾ ਆਈਕਨ ਵੀ ਜਰੂਰ ਨਾਲ ਪਾ ਲਈ ਤਾਂ ਕਿ ਤੁਹਾਨੂੰ ਬਾਈ ਜਦੋਂ ਕੋਈ ਨਵੀਂ ਵੀਡੀਓ ਆਵੇ ਤੇ ਪਤਾ ਲੱਗ ਜਾਏ ਤੇ ਆ ਲਾਲ ਟਰੈਕਟਰ ਅੱਛਾ ਅੱਛਾ ਭਾਈ ਇਹ ਮਿੱਟੀ ਲੋ ਅਨਲੋਡ ਕਰਨ ਆਇਆ ਹੋਣਾ ਇੱਥੇ ਸੋ ਬੰਦਾ ਆਪਣਾ ਚੱਲ ਗਿਆ ਹੋਣਾ ਚਾਹ ਪੀਣ ਸੋ ਸਹੀ ਗੱਲ ਬਾਤ ਹੈ ਬਾਬਿਓ ਤੇ ਆਪਾਂ ਬਾਈ ਹਜੇ ਬੜੀ ਲੰਬੀ ਦੂਰੀ ਤੈਅ ਕਰਨੀ ਹੈ ਸ਼ੁਕਰ ਹੈ ਬਾਈ ਆਪਣੇ ਟਰੈਕਟਰ 'ਚ ਬੂਸਟ ਹੈਗਾ ਕਿਉਂਕਿ ਬੂਸਟ ਨਾਲ ਬਾਈ ਮਿੰਟੋ ਮਿੰਟ ਸਬਰ ਹੁੰਦੇ ਮਿੰਟੋ ਮਿੰਟੀ ਤੇ ਇੱਥੋਂ ਬਾਈ ਆਪਾਂ ਕੁਝ ਆਫ ਰੋਡਿੰਗ ਵੀ ਕਰਾਂਗੇ ਜਿਹੜੀ ਵੀਡੀਓ ਐਂਡ ਤੱਕ ਦੇਖਿਓ ਦੇਖਦੇ ਆਪਣਾ 855 ਬਲੈਰੋ ਕੱਢ ਪਾਉਂਦਾ ਕਿ ਨਹੀਂ ਉਹ ਇਧਰੋਂ ਪਾਲਾਂ ਨੇ ਬਾਈ ਆਪਾਂ ਆਫ ਰੋਡ ਤਾਕੀ ਜਲਦੀ ਪਹੁੰਚ ਜਾਈਏ ਹੋਲੀ 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 ਬਾਈ ਜਦੋਂ ਬੂਸਟ ਨਾਪਦੇ ਉਹਨਾਂ ਥੋੜਾ ਜਿਹਾ ਜ਼ਿਆਦਾ ਤੇ ਬ੍ਰੇਕਾਂ ਫੇਲ ਮਹਿਕਮਾ ਬਣ ਜਾਂਦਾ ਬ੍ਰੇਕਾਂ ਫੇਲ ਵਾਲਾ ਸੋ ਲਾਲਾ ਬ੍ਰੇਕ ਲਾਲਾ 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 ਖਿੱਚ ਕੇ ਬਾਈ ਕਿੰਨੀ ਦੇਰ ਬ੍ਰੇਕਨ ਅਪ ਕੇ ਰੱਖੋ ਫੇਰ ਜਾ ਕੇ ਬ੍ਰੇਕ ਲੱਗਦੀ ਹੈ ਸੋ ਚੜ ਚੁੱਕੇ ਆ ਬਾਈ ਸੜਕਾਂ ਤੇ ਓਏ ਹੋ ਸੋ ਬੰਦਾ ਆਪਣਾ ਕੰਮ ਕਰਦਾ ਹੋਇਆ ਫੱਟੇ ਪੁੱਟੇ ਲੈ ਕੇ ਜਾਂਦਾ ਪਿਆ ਸੀ ਸੋ ਲੋ ਬਾਈ ਪਹੁੰਚ ਚੁਕੇ ਆ ਮੇਰੇ ਸਾਹਮਣ ਆਪਾਂ ਇਹ ਵਾਲਾ ਰਸਤਾ ਸ਼ੋਰਟਕਟ ਯੂਜ਼ ਕੀਤਾ ਵਾ ਸੋ ਇਧਰੋਂ ਬਾਈ ਸਿੱਧਾ ਜਾਵਾਂਗੇ ਤੇ ਆਪਾਂ ਬਾਈ ਰਸਤੇ 'ਚ ਸ਼ਹਿਰ ਪੈਂਦਾ ਹੀ ਉੱਥੋਂ ਆਪਾਂ ਇਹ ਟਰੈਕਟਰ ਵੀ ਸਹੀ ਕਰਾ ਲਿਆ ਦੇਖੋ ਬਾਈ 프ਰੰਟ ਹਿੱਸਾ ਹੋ ਗਿਆ ਨਾ ਸਹੀ ਹੁਣ ਇੱਥੋਂ ਬਾਈ ਆਪਾਂ ਸਿੱਧਾ ਜਾਣਾ ਤੇ ਇੱਕ ਨਹਿਰ ਮਿਲਨੀ ਬਾਈ ਰਸਤੇ 'ਚ ਦੋ ਨਹਿਰਾਂ ਆਉਂਦੀਆਂ ਪਹਿਲਾਂ ਮੈਂ ਪਹਿਲੀ ਚੈੱਕ ਕਰੂੰਗਾ ਦੇਖਦੇ ਆ ਬਾਈ ਕੋ ਕੁਝ ਨਹੀਂ ਪਤਾ ਯਾਰ ਬੰਦੇ ਨੇ ਪੂਰੀ ਪੀਤੀ ਹੋਈ ਸੀ ਸੋ ਉਹਨੂੰ ਵੀ ਕੁਝ ਨਹੀਂ ਪਤਾ ਬਾਈ ਕਿੱਥੇ ਗੱਡੀ ਡਿੱਗੀ ਵਾ ਉੱਠਿਆ ਮਿੰਟੋਮੈਂਟ ਬਾਈ 911 ਵਾਲੇ ਉਹਨੂੰ ਲੈ ਆਏ ਮਤਲਬ ਫੋਨ ਕਰਤਾ ਸੀ ਉਹਨੇ ਐਂਬੂਲੈਂਸ ਲੈ ਆਈ ਸੋ ਸਟੰਟ ਮਾਰਦਿਆਂ ਬਿੱਲਾ ਦਾ ਗੱਲਾ ਬਾਅਦ ਚ ਆਏ ਬਹਾਵੇ ਗਿਆ ਡਾਇਰੈਕਟਰ ਗਿਆ 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 ਇਹ ਬੱਜੂ ਪਹਾੜ ਚ ਪੱਕਾ ਲੈ ਬਾਈ ਟੱਪ ਤਾਂ ਗਿਆ ਲੇਕਿਨ ਕੱਕਿਆ ਤੂੰ ਨਹੀਂ ਬਚਦਾ ਤੂੰ ਨਹੀਂ ਬਚਦਾ ਇਹ ਆ ਕਰਤਾ ਕੰਮ ਹੀ ਜੇ ਤੋਂ ਮੈਂ ਡਰ ਸੀ ਸੀਗਾ ਸੋ ਮੌਨਸਟਰ ਟਰੱਕ ਸੋ ਆਪਾਂ ਮੌਨਸਟਰ ਟਰੱਕ ਵੀ ਬਾਈ ਰੈਡੀ ਕਰਾਇਆ ਤੁਹਾਨੂੰ ਪਤਾ ਹੀ ਆ ਬੀਬੀ ਵਾਲੀ ਸਿਆਣੀ ਐ ਬੀਬੀ ਨੋ ਤੱਕ ਟਰੈਕਟਰ ਨਹੀਂ ਆ ਆਪਣਾ ਮੌਨਸਟਰ ਟਰੱਕ ਨਹੀਂ ਚਲਾਇਆ ਜਦ ਤੱਕ ਆਪਾਂ ਟਰੈਕਟਰ ਨਹੀਂ ਲਗਾਇਆ ਸੋ ਆਪਾਂ ਵੀ ਬਾਈ ਮੌਨਸਟਰ ਟਰੱਕ ਆਪਣਾ ਰੈਡੀ ਕੀਤਾ ਤੇ ਉਹਦੀ ਰੇਂਸਾ ਰੂਸਾ ਲਵਾਣੀਆਂ ਹਜੇ ਤੇ ਜਿਨ੍ਹਾਂ ਨੇ ਉਹ ਵੀਡੀਓ ਨੂੰ ਦੇਖੀ ਜਾ ਕੇ ਜਰੂਰ ਦੇਖੋ ਤੇ ਜੇ ਮੈਂ ਥੋੜੇ ਡਿੱਗ ਗਿਆ ਇਧਰ ਹੋਣੀ ਜਾਣਾ ਪੁੱਲ ਬਲੇਖੇ ਵੀ ਇਹ ਤਾਂ ਬਾਈ ਮੇਰੇ ਟਰੈਕਟਰ ਨਾਲ ਫਸਣ ਵਾਲੀ ਗੱਲ ਹੋ ਗਈ ਇਹ ਤਾਂ ਫੇਰ ਨਾ ਕਰਨ ਵਾਲੀਆਂ ਗੱਲਾਂ ਹੋਈਆਂ ਨਾ ਸੋ ਇਧਰੋਂ ਨਹੀਂ ਜਾਣਾ ਅੱਗੋ ਜਾਣੇ ਆ ਅੱਗੋ ਸ਼ਾਇਦ ਆਪਾਂ ਨੂੰ ਕੋਈ ਰਾਹ ਲੱਭ ਜੇ ਥੱਲੇ ਜਾਣ ਲਈ ਹੋਰ ਨਾ ਬਾਈ ਥੱਲੇ ਜਾਂਦ ਜਾਂਦੇ ਇਧਰੋਂ ਆਪਾਂ ਉੱਪਰ ਚੱਲ ਜੀਏ ਇੰਨਾ ਵਧੀਆ ਕੰਮ ਨਹੀਂ ਕਰਨਾ ਆਪਾਂ ਸੋ ਰਾਹ ਨਾ ਜਾਵਾਂਗੇ ਥੱਲੇ ਜੇ ਆਪਾਂ ਨੂੰ ਕੋਈ ਅੱਗੋ ਰਸਤਾ ਮਿਲਦਾ ਹੋਇਆ ਕਿਉਂਕਿ ਆਪਾਂ ਬਾਈ ਰਸਤਿਆਂ ਦੇ ਮੁਸਾਫਰ ਆ ਤੇ ਰਸਤਿਆਂ ਨੂੰ ਦੇਖ ਦੇ ਕੇ ਚੜਾਂਗੇ ਲੈ 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 ਬਾਈ ਮਿਲ ਗਿਆ ਰਸਤਾ ਮਿਲ ਗਿਆ ਮਿਲ ਗਿਆ ਦੇਖਾ ਪਿੱਛੋ ਛਾਲ ਮਾਰ ਦਿੰਦਾ ਤੇ ਮੈਨੂੰ ਲੱਗਦਾ ਸ਼ਹਿਰ 'ਚ ਹੀ ਮਿਲਣਾ ਸੀ ਮੈਂ ਕਿਉਂਕਿ ਹਸਪੀਟਲ ਜੀ ਦਾਖਲ ਹੋਣਾ ਸੀ ਸੋ ਇੱਥੋਂ ਆਪਾਂ ਨੂੰ ਰਾਹ ਮਿਲ ਗਿਆ ਤੇ इजीली ਜਾ ਰਹੇ ਹਾਂ ਤੇ ਇੱਥੋਂ ਆਪਾਂ ਸਿੱਧੀ ਲੰਘਾ ਦਈਏ ਡਾਇਰੈਕਟਰ ਆ ਆਪਣੇ ਕੋ ਆਪਣੇ ਕੋ ਕਿਹੜਾ ਗੱਡੀ ਐ ਸਪਾਰਟਸ ਜਿਹੜੀ ਇੱਥੇ ਫਸ ਜੂ ਸੋ ਛੋਟਾ ਐ ਬਾਬਿਓ ਜਲਦੀ ਫਸਦਾ ਨਹੀਂ ਐਮੀ 855 ਐ ਕੋਈ ਛੋਟੀ ਮੋਟੀ ਗੱਲ ਹੋੜੀ ਐ ਬਾਬਿਓ ਤੋਂ ਇੱਕ ਉਹ ਜਿਆਦੀ ਵੱਡੀ ਗੱਲ ਹੋ ਗਈ ਇਧਰੋਂ ਘੁਮਾ ਕੇ ਕੱਢਦੇ ਆ ਕਿਉਂਕਿ ਇਧਰ ਬਾਈ ਟਰੈਕਟਰ ਪਲਟਣ ਦਾ ਖਤਰਾ ਜ਼ਿਆਦਾ ਸੀ ਲੋ ਬਾਈ ਆ ਚੁੱਕੇ ਆਪਾਂ ਥੱਲੇ ਸਹੀ ਸਲਾਮਤ without any scratches i think so ਕੋਈ ਸਕ੍ਰੈਚ ਨਹੀਂ ਲੱਗਾ ਆਪਣੇ ਟਰੈਕਟਰ ਨੂੰ ਹਜੇ ਤੱਕ ਜਿਹੜਾ ਪਿੱਛੇ ਰਿਪੇਅਰ ਕਰਾ ਲਿਆ ਸੀ ਉਹ ਬਾਈ ਕਰਾ ਲਿਆ ਸੀ ਤੇ ਇੱਥੇ ਤੁਸੀਂ ਫਲੋ ਚੈੱਕ ਕਰੋ ਪਾਣੀ ਦਾ ਸੋ ਗਰਮੀ ਬਾਈ ਇੰਨੀ ਹੈ ਕਿ ਬਾਈ ਪਾਣੀ ਦੇ ਕੇ ਇੱਕ ਹੀ ਮਨ ਚਾਹੁੰਦਾ ਹੈ ਕਿ ਬਾਈ ਨਾ ਲਈਏ ਬਸ ਇੱਕ ਡੁਬਕੀ ਲਾ ਲਈਏ ਓਏ 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 ਓ ਬੱਬਿਆ ਮਸਾਹੀ ਸੰਭਾਲ ਲਿਆ ਬਾਈ ਟਰੈਕਟਰ ਮੈਂ ਟਰੈਕਟਰ ਦਾ ਤਾਂ ਬਾਈ ਅੱਜ ਚੂਰੋ ਚੂਰ ਹੋ ਜਾਣਾ ਇਹ ਕੰਮ ਮੋਜ਼ਾਈ ਜ਼ਾਂਬੀਆ ਸੋ ਇਧਰੋਂ ਤਾਂ ਭਾਈ ਮੈਨੂੰ ਕੋਈ ਬਲੈਰੋ ਗੱਡੀ ਨਹੀਂ ਦੇਖ ਰਹੀ ਸੋ ਆਈ ਥਿੰਕ ਭਾਈ ਮੈਨੂੰ ਦੂਜੀ ਨਹਿਰ ਤੇ ਜਾਣਾ ਚਾਹੀਦਾ ਇੱਕ ਮਿੰਟ ਆਪਾਂ ਨੂੰ ਅੱਗੇ ਤੱਕ ਜਾਣਾ ਚਾਹੀਦਾ ਯਾਰ ਮੇਰੇ ਹਿਸਾਬ ਨਾਲ ਜਾਣਾ ਚਾਹੀਦਾ ਕਿਉਂਕਿ ਇੱਥੇ ਨਹਿਰ ਖਤਮ ਹੁੰਦੀ ਹੈ ਸੋ ਪਿਛਲਾ ਪਾਸੇ ਤੇ ਹੈ ਨਹੀਂ ਜੀ ਇਧਰ ਵੀ ਹੈ ਨਹੀਂ ਕਿਤੇ ਸੋ ਅੱਗੇ ਭਾਈ ਹੋ ਸਕਦੀ ਹੈ ਇੱਕ ਵਾਰੀ ਆਪਾਂ ਦੇਖ ਆਨੇ ਆ ਬਾਕੀ ਕੁਝ ਨਹੀਂ ਪਤਾ ਯਾਰ ਕੀ ਹੁੰਦਾ ਕੀ ਨਹੀਂ ਸ਼ਾਇਦ ਦੂਜੀ ਨਹਿਰ ਚ ਫਸੀ ਹੋਵੇ ਸੋ ਭਾਈ ਆਪਾਂ ਨੂੰ ਸਰਚ ਤਾਂ ਕਰਨੀ ਪੈਣੀ ਸੀ ਯਾਰ ਇੱਥੇ ਤਾਂ ਮੈਨੂੰ ਕਿਤੇ ਵੀ ਯਾਰ ਬਲੇਰੋ ਗੱਡੀ ਨਹੀਂ ਲੱਭ ਰਹੀ ਨਾ ਉਹ ਮਤਲਬ ਚਿੱਟੀ ਗੱਡੀ ਹੈ ਯਾਰ ਜਲਦੀ ਲੱਭ ਲੈਣੀ ਚਾਹੀਦੀ ਤੇ ਆਪਾਂ ਅੱਗੇ ਦੂਜੀ ਨਹਿਰ 'ਚ ਮਤਲਬ ਦੂਜੀ ਨਹਿਰ ਦੇ ਕੋਲ ਸੋ ਇਧਰੋਂ ਚੱਲਦੇ ਹਾਂ ਥੱਲੇ ਓਏ ਹੋਏ ਓਏ ਹੋਏ ਕੀ ਆ ਵਿਊ ਹੈ ਬਾਬੇ ਇਹ ਨਹਿਰ ਵੀ ਸਾਫ਼ ਹੈ ਨਾ ਹੋਏ ਲੋਗੋ ਲੋਗੋ ਆ ਬਈ ਗੈਂਗਸਟਰਾਂ ਦੇ ਲੋਗੋ ਆ ਇੱਥੇ ਲੋਕੀ ਆ ਕੇ ਲੋਗੋ ਬਣਾ ਜਾਂਦੇ ਆ ਪਰ ਬੇਮਤਲਬ ਹੀ ਇੱਥੇ ਤਾਂ ਕੋਈ ਆਂਦਾ ਹੈ ਨਹੀਂ ਪਰ ਫੇਰ ਵੀ ਬਣਾ ਜਾਂਦੇ ਪਤਾ ਕਿ ਪਤਾ ਨਹੀਂ ਬਾਈ ਕਿਉਂ ਤੇ ਅੱਗੇ ਦੋ ਬੰਦੇ ਖੜੇ ਆ ਨਾ ਥਾਲੇ ਮੱਛੀਆਂ ਫੜ ਰਹੇ ਆ ਨਾ ਕੁਝ ਕੱਢ ਰਹੇ ਆ ਇਹ ਖੜੇ ਕਿਉਂ ਆ ਪਤਾ ਨਹੀਂ ਉਪਾ ਪਿਆ ਤੂੰ ਆ ਜਾ ਤੂੰ ਪਵਾ ਦੇ ਕੇਸ ਮੇਰੇ ਟਰੈਕਟਰ ਤੇ ਵੈਸੇ ਮੇਰੇ ਤੇ ਪੈਣਾ ਕੇਸ ਓੜਜੀ 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 ਉਹ ਤਾਂ ਬਾਈ ਅੱਗੇ ਬੁਢਾਪਾ ਆਇਆ ਹੋਇਆ ਜੀ ਇਹ ਤਾਂ ਬਾਈ ਮੈਨੂੰ ਜੇਲਾ ਭੁਗਤਣ ਲਾਦਾ ਨਾ ਜੀ ਤੇ ਸ਼ੁਕਰ ਬਚ ਗਿਆ ਸੋ ਇੱਥੇ ਉਮੀਦ ਹੈਗੀ ਕਿਉਂਕਿ ਬਈ ਇਹ ਲਾਸਟ ਆ ਨਹਿਰ ਤੇ ਇੱਥੇ ਤਾਂ ਆਪਾਂ ਨੂੰ ਗੱਡੀ ਮਿਲ ਨਹੀਂ ਮਿਲਨੀ ਬਸ ਆਪਾਂ ਨੂੰ ਬਈ ਧਿਆਨ ਨਾ ਨਿਗਾਹ ਮਾਰਦਾ ਆਈ ਓਏ ਤੇਰੀ ਬਲੈਰੋ ਗੱਡੀ ਨਾਲ ਲੰਘ ਜੇ ਸੋ ਆਪਾਂ ਨੂੰ ਨਿਗਾਹ ਮਾਰਦੇ ਜਾਂਦਾ ਪੜਾ ਨਿਗਾਹ ਮਾਰਦੇ ਮਾਰਦੇ ਜਾਵਾਂਗੇ ਤਾਂ ਕਿ ਬਈ ਬਲੈਰੋ ਗੱਡੀ ਛੋਟਣਾ ਜਾਵੇ ਪਿੱਛੇ ਉਹ ਓਹ ਘਰ ਇਹ ਦੇਖ ਰਿਹਾ ਪਹਿਲਾਂ ਮੇਰੇ ਸਾਬ ਨਾ ਉਹ ਘਰ ਕੋ ਚਲਦੇ ਆ ਉਹ ਘਰ ਕੋ ਜਾ ਕੇ ਤੇ ਉਹ ਛੱਤ ਤੇ ਚੜ ਕੇ ਫੇਸ਼ ਹੈ ਦਾ ਆਪਾਂ ਨੂੰ ਕੁਛ ਦਿਖੇ ਹਜੇ ਤੱਕ ਤਾਂ ਖੈਰ ਹੀ ਆ ਬਾਬੇ ਦੀ ਲੋ ਬਾਈ ਇਧਰੋਂ ਆਪਾਂ ਕੱਢੀਏ ਟਰੈਕਟਰ ਨੂੰ ਬਿਥਲੋਂ ਹੈ ਬਾਈ ਲੈ ਚੌਟਾ ਮੰਦਾ ਬਾਈ ਕਿਸੇ ਨੂੰ ਦੇਖੋ ਬਾਈ ਮਿੰਟੋ ਮਿੰਟੀ ਪਾਣੀ ਦੱਲੋਂ ਲੰਘ ਗਿਆ ਪਾਣੀ ਵਿਚੋਂ ਲੰਘ ਗਿਆ ਐਂ ਕਹਿ ਲੋ ਗਲਤੀਆਂ ਹੀ ਆ ਨਾ ਕੱਢਿਆ ਕਰੋ ਬਸ ਫੋਕਸ ਕਰਿਆ ਕਰੋ ਗੇਮ ਦੇਖਣ ਚ ਨਜ਼ਾਰੇ ਲਓ ਯਾਰ ਗਲਤੀਆਂ ਚ ਕੀ ਰੱਖਿਆ ਬੰਦੇ ਕੋ ਹੁੰਦੀਆਂ ਰਹਿੰਦੀਆਂ ਉਹ ਲੋ ਲੋ ਪਹੁੰਚ ਚੁਕੇ ਆਂ ਬਾਈ ਆਪਾਂ ਆਪਣੀ ਆਪਣੀ ਤਾਂ ਨਹੀਂ ਵੈਸੇ ਕਿਹਦੀ ਛੱਤ ਥੱਲੇ ਤੇ ਆਪਾਂ ਹੁਣ ਛੱਤ ਦੇ ਥੱਲੇ ਨਹੀਂ ਉੱਤੇ ਰਹਿਣਾ ਕਿਉਂਕਿ ਸਾਹਮਣੇ ਮੈਨੂੰ ਕੁਝ ਦਿਖ ਰਿਹਾ ਹੈ ਸਾਹਮਣੇ ਸਾਹਮਣੇ ਕੁਝ ਚਿੱਟਾ ਚਿੱਟਾ ਮੇਰੇ ਸਾਹਮਣਾਂ ਤਾਂ ਬੁਲੈਰੋ ਦੀ ਛੱਤ ਹੈ ਸਹੀ ਪਛਾਣਿਆ ਬਾਬਿਓ ਬੁਲੈਰੋ ਦੀ ਛੱਤ ਹੈ ਤੇ ਬੁਲੈਰੋ ਨੂੰ ਹੁਣ ਆਪਾਂ ਚੱਕਣ ਜਾਣਾ ਤੇ ਆਪਾਂ ਤੁਹਾਨੂੰ ਦੱਸ ਦਿਆਂ ਕੈਂ ਜਾਣਾ ਇਧਰੋਂ ਬਾਈ ਆਪਾਂ ਟਰੈਕਟਰ ਲੈ ਕੇ ਜਾਵਾਂਗੇ ਉਧਰ ਤੇ ਇਧਰੋਂ ਉਧਰ ਜਾ ਕੇ ਤੇ ਉਧਰੋਂ ਲਾਵਾਂਗੇ ਟੋਚਨ ਕਿਉਂਕਿ ਉਧਰੋਂ ਬਾਈ ਟੋਚਨ ਲੱਗਣਾ ਈਜ਼ ਸਮਝ ਰਹੇ ਹੋ ਨਾ ਉਧਰ ਆਪਣਾ ਟਰੈਕਟਰ ਵੀ ਪਾਣੀ ਚ ਨਹੀਂ ਜਾਣਾ ਜ਼ਿਆਦਾ ਕਿਉਂਕਿ ਜੇ ਬਾਈ ਟਰੈਕਟਰ ਵੀ ਅਸਲ ਚ ਤਾਂ ਹੈ ਤਾਂ ਬਾਈ ਮਸ਼ੀਨਰੀ ਨਾ ਜ਼ਿਆਦਾ ਪਾਣੀ ਚ ਲੱਗੀ ਇਹ ਵੀ ਬੰਦ ਹੋਏ ਨਹੀਂ ਪਰ ਜਲਦੀ ਬੰਦ ਨਹੀਂ ਹੁੰਦੇ ਟਰੈਕਟਰ ਇਹ ਗੱਲੋ ਬਾਈ ਬਹੁਤ ਸੇਫਤੀ ਲਾ ਲਓ ਯਾਰ ਕਿਉਂਕਿ ਦੇਖੋ ਪੂਰਾ ਡੁੱਬ ਜਾਂਦੇ ਬਾਈ ਕੋਈ ਕੋਈ ਪੁਰਜਾ ਨਹੀਂ ਖਰਾਬ ਹੁੰਦਾ ਇਹਦਾ ਸੋ ਇਸੇ ਕਰ ਲੋ ਬਾਈ ਬਹੁਤ ਵਧੀਆ ਚੀਜ਼ਾਂ ਤਾਂ ਹੀ ਬਾਈ ਪੁੱਲ ਪਲ ਕਰਨ ਨੂੰ ਰੋਕਾਂ ਦੇ ਰੱਖੇ ਹੁੰਦੇ ਆ ਟੋਚਨ ਡੁੱਚਨ ਤਾਂ ਹੀ ਲੱਗਦੇ ਤੇ ਬਾਈ ਕਿਉਂਕਿ ਝੋਟੇ ਆ ਇਹ ਤਾਂ ਸੋ ਬਾੜੀ ਹੈ ਬਾਈ ਪਾਣੀ ਚ ਪੈਲਾ ਲੈ ਬਾਈ ਲੈ 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 ਦੇਖੋ ਬਾਈ ਹੁਣ ਦੇਖਿਓ ਆਪਾਂ ਕਹੇ ਤੱਕ ਬਾੜ ਦੇਣਾ ਵੜ ਜਾ ਵੜ ਜਾ ਵੜ ਜਾ ਟੋਚਨ ਪਿਆ ਕਿਉਂ ਨਹੀਂ ਰਹਿ ਇਹਨੂੰ ਬਾਈ ਰਸੀ ਪੈ ਹੀ ਨਹੀਂ ਦੀ ਇਹ ਕਿਉਂ ਮੈਂ ਬਾਈ ਕਿੰਨੀ ਪਿੱਛੇ ਤੱਕ ਲੈ ਗਿਆ ਸੀ ਪਰ ਫੇ ਵੀ ਕੱਲ ਬਾਦ ਬਣੀ ਜੀ ਨਹੀਂ ਇਹ ਕਿਉਂ ਸਵਾ ਬਈ ਦੇਖ ਕੇ ਆਨੇ ਆ ਆਪਣੀ ਗੱਡੀ ਲੈ ਬਈ ਲਾਲਾ ਡੁੱਪ ਗਿਆ ਕਾਲੀ ਜੱਟਾ ਕਾਲੀ ਜੱਟ ਲਾਲਾ ਲਾਲਾ ਡੁੱਪ ਗਿਆ ਸੋ ਕਾਲੀ ਜੱਟ ਦਾ ਅੱਜ ਮੇਰੇ ਹਿਸਾਬ ਨਾਲ ਮੰਨ ਨਹੀਂ ਜਾਣੀ ਕਰ ਰਿਹਾ ਡੁੱਪਕੀ ਲਾ ਕਿਉਂ ਨਹੀਂ ਦੇ ਆਈ ਮੇਰੇ ਸਾਹਮਣੇ ਬਾਈ ਪਾਣੀ ਦਾ ਜਿਹੜਾ ਲੈਵਲ ਓ ਘੱਟ ਆ ਇਸ ਕਰਕੇ ਡੁਬਕੀ ਨਹੀਂ ਲਾ ਰਿਆ ਨਹੀਂ ਤਾਂ ਆਹੀ ਵਾਲੇ ਬਟਨ ਨਾਲ ਇਹ ਡੁਬਕੀ ਲਾ ਲੰਦਾ ਪਰ ਪਤਾ ਨਹੀਂ ਬਾਈ ਕਿਉਂ ਨਹੀਂ ਲਾ ਰਿਆ ਯਾਰ ਤਾੜੀ ਲਾਲਾ ਯਾਰ ਡੁਬਕੀ ਆਪਾਂ ਦਿਖਾਈਏ ਬਲੈਰੋ ਗੱਡੀ ਥੱਲੋ ਪਤਾ ਨਹੀਂ ਬਾਈ ਕਿਉਂ ਨਹੀਂ ਡੁਬਕੀ ਲਾ ਰਿਆ ਯਾਰ ਮੈਂ ਬਟਨ ਵੀ ਨਾ ਪਰਿਆ ਸੋ ਕੋਈ ਨਾ ਬਾਈ ਆਪਾਂ ਐਂ ਤਾਂ ਗੱਡੀ ਦਿਖਾ ਦਾਨੀ ਆ ਤੇ ਗੱਡੀ ਦੇਖੋ ਦੇਖੋ ਬਾਈ ਇਹਦੇ ਅਲੋਏ ਵਲੂਏ ਪਾਏ ਹੋਇਆ ਟਾਇਰ ਬਾਹਰ ਨੂੰ ਕਢਾਏ ਹੋਏ ਬਾਈ ਪੂਰੀ ਮੋਡੀਫਾਈਡ ਆ ਸੋ ਮੈਂ ਇਹੀ ਗੱਲ ਕਹਿਣਾ ਕਿ ਐ ਨਹੀਂ ਛੱਡਦਾ ਮੈਂ ਗੱਡੀ ਸੋ ਟੋਚਨ ਤਾਂ ਬਾਈ ਪਾ ਕੇ ਛੱਡਣਾ ਯਾਰ ਜੋ ਮਰਜ਼ੀ ਹੋ ਜੇ ਸੋ ਟਰੈਕਟਰ ਪਿੱਛੇ ਲੈ ਕੇ ਜਾਣੇ ਆ ਪਹਿਲਾਂ ਫਿਰ ਟੋਚਨ ਪਾਣੇ ਆ ਬੈ ਜਾ ਯਾਰ ਇਹ ਬਾਈ ਨਾਲ ਦਾ ਟਰੈਕਟਰ ਥੋੜਾ ਹੋਰ ਪਿੱਛੇ ਲੈ ਕੇ ਜਾਣਾ ਪੈਣਾ ਬਾਹਰ ਨੂੰ ਕੱਢ ਕੇ ਨਾ ਫੇਰ ਪਿੱਛੇ ਲੈ ਕੇ ਜਾਣਾ ਮੈਂ ਲੋ ਬਾਈ ਹੁਣ ਆਪਾਂ ਪੂਰਾ ਅੰਦਰ ਤੱਕ ਲੈ ਜਾਂਦਾ ਤੇ ਹੁੱਕ ਬਾਈ ਪੂਰੀ ਜੁੜ ਚੁੱਕੀ ਹੈ ਤੇ ਆਪਾਂ ਬਾਹਰ ਖਿੱਚਣ ਦੀ ਪੂਰੀ ਕੋਸ਼ਿਸ਼ ਕਰ ਰਹੇ ਆ ਪਾਵਰ ਲੱਗਾ ਹੋਇਆ ਜਾਨ ਲੱਗੀ ਹੋਈ ਆਪਣੇ ਟਰੈਕਟਰ ਦੀ ਤੇ ਤੁਸੀਂ ਦੇਖ ਸਕਦੇ ਬਾਈ ਬਿਲਕੁਲ ਹੀ ਚਲੋ ਬਾਈ ਪਾਣੀ ਦੇ ਅੰਦਰ ਤਾਂ ਥੋੜਾ ਟਰੈਕਟਰ ਫਿਸਲਣਾ ਹੀ ਹੁੰਦਾ ਕਿਉਂਕਿ ਪਿੱਛੇ ਭਾਰ ਵੀ ਚੱਕਿਆ ਵਾ ਸੋ ਬਾਈ ਪੂਰਾ ਜ਼ੋਰ ਲਾਇਆ ਹੋਇਆ ਟਰੈਕਟਰ ਨੇ ਅੱਠੋ ਅੱਠ ਮਾਰ ਰਿਹਾ ਬਾਈ ਆਪਣਾ ਟਰੈਕਟਰ ਪੂਰਾ ਓਏ ਹੋ ਕੱਢ ਲਿਆਂਦਾ ਬਾਈ ਕੱਢ ਲਿਆਂਦਾ ਫੇਰ ਵੀ ਆਪ ਤਾਂ ਨਿਕਲਿਆ ਗੱਡੀ ਤਾਂ ਚਲੋ ਨਿਕਲ ਹੀ ਜਾਣੀ ਮੇਰੇ ਹਿਸਾਬ ਨਾਲ ਕਿਉਂਕਿ ਜੇ ਇੰਨਾ ਬਾਈ ਇਹਨੇ ਬਾਹਰ ਕੱਢ ਲੈਂਦੀ ਗੱਡੀ ਸੋ ਇੱਥੋਂ ਤਾਂ ਬਾਈ ਕੀ ਚੱਕਰ ਆ ਉਹ ਕੱਢ ਲੈਂਦੀ ਬਾਬੇ ਉਹ ਕੱਢ ਲੈਂਦੀ ਲੋ ਤਾਂ ਉਹਨੂੰ ਦੁਖਾਨੇ ਆ ਬਾਈ ਥੋੜੀ ਅੱਗੇ ਕਰ ਲਈਏ ਫੇ ਤੁਹਾਨੂੰ ਦੁਖਾਨੇ ਬਲੈਰੋ ਦੀ ਲੁੱਕ ਆਪਣੀ ਦੀ ਲੈ ਆ ਬਈ ਕਾਲੀਆ ਉੱਤਰ ਜਾ ਦੇਖੋ ਬਾਈ ਕੁੰਨੀ ਗੰਦੀ ਹੋਈ ਪਈ ਕਿਉਂਕਿ ਗੰਦੇ ਪਾਣੀ ਦੇ ਵਿੱਚ ਖੜੀ ਪਤਾ ਨਹੀਂ ਗੰਦਾ ਕਿ ਸਾਫ਼ ਪਰ ਆਪਣੀ ਗੱਡੀ ਬਾਈ ਬਿਲਕੁਲ ਹੀ ਕਚਰਾ ਬਣੀ ਹੋਈ ਐ ਇਹਦੇ ਵਿੱਚ ਤਾਂ ਬਾਈ ਬੰਦਾ ਵੀ ਨਹੀਂ ਬਹਿ ਰਿਹਾ ਪਤਾ ਨਹੀਂ ਕਿਉਂ ਕਿ ਬਾਈ ਇੰਜਨ 'ਤੇ ਪਾਣੀ ਚਲੇ ਗਿਆ ਇੰਜਨ ਤਾਂ ਚੱਲਣਾ ਹੀ ਨਹੀਂ ਇਹਦਾ ਆਪਾਂ ਨੂੰ ਟਰੈਕਟਰ ਨਾਲ ਖਿੱਚ ਕੇ ਸ਼ਹਿਰ ਲੈ ਕੇ ਜਾਣੀ ਪੈਣੀ ਚਲੋ ਕੋਈ ਨਾ ਬਾਈ ਹੀਲਾ ਕਰਦੇ ਆਂ ਇਹਦਾ ਵੀ ਹੋਲੀ ਹੋਲੀ ਆਪਾਂ ਟਰੈਕਟਰ ਤੇ ਖਿੱਚ ਕੇ ਲੈ ਜਾਣੀ ਆ ਤੇ ਫੇ ਆਪਾਂ ਰਿਪੇਅਰ ਕਰਾ ਕੇ ਫੇਰ ਨੂੰ ਰੱਖਾਂਗੇ ਕਿਉਂਕਿ ਆਪਾਂ ਦੀ ਬਾਈ ਇਹ ਵਧੀਆ ਗੱਡੀ ਸੀ ਚੱਲਦੀ ਘੈਂਟ ਸੀ ਐਵਰੀ ਘੈਂਟ ਸੀ ਤੇ ਦੇਖਣ ਨੂੰ ਤੁਹਾਨੂੰ ਪਤਾ ਯਾਰ ਬਲੇਰੋ ਦੀ ਲੁੱਕ ਜਮਾਈ ਸਰਾ ਸੋ ਲੈ ਕੇ ਚਲਦੇ ਆ ਬਈ ਸ਼ਹਿਰ ਆਲ ਨੂੰ ਤੇ ਪਹਿਲਾਂ ਇੱਕ ਅੱਧੀ ਬਾਈ ਤਾੜੀ ਆਪਾਂ ਵੀ ਪਾਣੀ ਚ ਲਾ ਦਈਏ ਆਓ ਬਾਈ ਇਧਰੋਂ ਮੜਾ ਜਾ ਅੱਗੇ ਲਿ ਜਾ ਕੇ ਨਾ ਲੋ ਬਾਈ ਦੇਖੋ ਚੈੱਕ ਕਰੋ ਟਰੈਕਟਰ ਬਾਈ ਫੁੱਲ ਦੱਬਿਆ ਪਿੱਛੇ ਬਲੇਰੋ ਟੰਗੀ ਫੇ ਮਣਦਾ ਕਿਸੇ ਨੂੰ ਝੋਟਾ ਦੇਖਿਓ ਬਾਈ ਫੇ ਨਹੀਂ ਲੱਗਦਾ ਬਾਈ ਕੋਈ ਵੀ ਕੋਈ ਨਹੀਂ ਇਹਨੂੰ ਤਾਂ ਉਹ ਦੇਖ ਚਲੋ ਬਾਈ ਕਿਤੇ ਕਿਤੇ ਯਾਰ ਫਿਸਲਣ ਲੱਗ ਜਾਂਦਾ ਚਲੋ ਬਾਈ ਇੱਥੇ ਤਲਕਣ ਜੀ ਵੀ ਜਿਆਦੀ ਹੈ ਸੋ ਉੱਥੇ ਬਾਈ ਇਹਨੂੰ ਥੋੜਾ ਖਿਚਣ ਚ ਪਾਵਰ ਲੱਗਦੀ ਹੈ ਲੇਕਿਨ ਫੇ ਵੀ ਬਾਈ ਖਿੱਚ ਲੈਂਦਾ ਯਾਰ ਜਿੱਦਾਂ ਮਰਜੀ ਆ ਸੋ ਅੱਜ ਦੀ ਵੀਡੀਓ ਚ ਬਾਈ ਇਹ ਨਹੀਂ ਤੁਸੀਂ ਦੇਖ ਸਕਦੇ ਆਪਾਂ ਬਲੇਰੋ ਖਿੱਚੀ ਯਾਰ ਪਾਣੀ ਚ ਆਪਣੀ ਫਸ ਗਈ ਸੀ ਤੇ ਬਾਕੀ ਬਾਈ ਹੋਰ ਵੀਡੀਓ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਸੈਂਬੀ ਗੇਮਿੰਗ ਤੇ ਤੁਸੀਂ ਆਪਾਂ ਨੂੰ ਕੁਝ ਆਈਡੀਆਜ਼ ਸ਼ੇਅਰਸ ਵੀ ਕਰ ਸਕਦੇ ਆ ਕਮੈਂਟ ਦੇ ਵਿੱਚ ਜਾਂ ਸਾਡੇ ਇੰਸਟਾਗ੍ਰam ਪੇਜ ਤੇ ਜਾ ਕੇ ਸੈਂਬੀ ਗੇਮਿੰਗ ਦੇ ਤੇ ਬਾਕੀ ਮਿਲਦੇ ਆ ਬਾਈ ਅਗਲੀ ਵੀਡੀਓ ਦੇ ਵਿੱਚ ਬਹੁਤ ਜਲਦੀ ਚੰਗਾ ਬਾਈ ਸਾਰੀ ਗੱਲ ਸਾਰ ਆ ਗਿਆ